ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਆ ਗਏ ਜੀ ਕਡਮੀ 'ਚ ਸਵੇਰੇ, ਕਰਦੇ ਹਾਂ ਐਕਸਰਸਾਈਜ਼ ਸਟਾਰਟ। ਉਹ ਆਪਣੇ ਜੁੜਦੇ ਖੜ੍ਹੇ ਆ, ਠੰਡ ਠੁੰਡ ਤਾਂ ਨੇੜੇ ਨਹੀਂ ਆਉਂਦੀ ਸਾਡੇ, ਠੀਕ ਆ ਨਾ, ਠੰਡ ਨਹੀਂ ਨੇੜੇ ਆਉਂਦੀ। ਵੀ ਸਟਾਰਟ ਆ ਜਾਓ ਫਿਰ, ਵਾਹਿਗੁਰੂ ਸਤਨਾਮ ਸੱਚਿਆ ਪਾਤਸ਼ਾਹ, ਚੜ੍ਹਦੀ ਕਲਾ ਰੱਖੀ ਬੱਜੀ। ਸਭ ਦਾ ਹੀ ਭਲਾ ਕਰੀ ਮਹਾਰਾਜ, ਸਾਡਾ ਥੋੜ੍ਹਾ ਸਾਰਿਆਂ ਨੂੰ ਪਹਿਲਾਂ ਕਰ ਦਿਓ। ਇਹ ਆ ਗਰਾਊਂਡ ਸਾਡਾ, ਇਹ ਆਪਣੇ ਜੋੜ ਚ ਪੂਰਾ ਹੀ ਤਕੜਾ। ਕਿੰਨਾ ਬੇਟਾ? 60 ਕਿਲੋ ਹਨਾ, ਅਪ ਡਾਊਨ ਕਰਦੇ ਇਹ ਦੂਰ ਕੋਟੋਂ। ਇੱਕ ਮੰਗੀ ਆ ਮੁੰਡਾ, ਮੰਗੀ ਦਾ ਕਿਹੜਾ ਪਿੰਡ ਆ? ਖੇੜਾ, ਖੇੜੇ ਤੋਂ ਵੀਰੇ। ਖੇੜਾ ਕਿੰਨੀ ਦੂਰ ਆ ਇੱਥੋਂ? 9 ਤੋਂ 18 ਪਹਿਲਾਂ। ਠੰਡ ਚ ਕੋਈ ਗੈਰ ਹਾਜ਼ਰੀ ਨੀ ਇਹਨਾਂ ਦੀ ਜਮੀ, ਇੰਨੀ ਠੰਡ ਖੇੜੇ ਤੋਂ। ਖੇੜਾ ਇੱਥੋਂ ਦੇਖ ਲਓ 9-10 ਹੋਊਗਾ। ਚਲੋ ਚਲੋ ਚਲੋ, ਬੱਸ ਆਣ ਕੇ ਹੋਵੋ ਗਏ। ਵਾਹਿਗੁਰੂ ਜਾਪ ਕਰਿਆ ਕਰੋ ਨਾਲ। ਵਾਹਿਗੁਰੂ 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 ਵਾਹਿਗੁਰੂ। ਸੱਚਾ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਰੱਖੀ ਵਾਹਿਗੁਰੂ। ਮੈਂ ਕਲਾਉਣ ਦਾ ਬਾਲ ਬਖਸ਼ੀ ਵਾਹਿਗੁਰੂ ਜੀ। ਰਾਤ ਸੁੱਖਾਂ ਦੀ ਲਹਿੰਗੀ, ਦਿਨ ਸੁੱਖਾਂ ਦਾ ਲੰਘਾਇਓ ਵਾਹਿਗੁਰੂ ਜੀ। ਸੱਚਾ ਪਾਤਸ਼ਾਹ ਸਭ ਦਾ ਹੀ ਭਲਾ ਕਰਿਓ, ਮਿਹਨਤ ਲਾਉਣ ਦਾ ਬਲ ਬਖਸ਼ਿਓ ਸੱਚੇ ਪਾਤਸ਼ਾਹ। ਕਰਨ ਲੱਗਾ ਜੀ ਐਕਸਰਸਾਈਜ਼ ਸਟਾਰਟ, ਅਤੇ ਠੰਡ ਤਾਂ ਤੁਹਾਨੂੰ ਪਤਾ ਹੀ ਆ ਕਿੰਨੀ ਆ, ਪਰ ਅੱਗੇ ਅਸੀਂ ਸ਼ੂਜ਼ ਆ ਪਾ ਲੈਂਦੇ ਸੀ ਹੈ ਨਾ ਆਹ ਦਿਨਾਂ 'ਚ। ਹੁਣ ਤਕਰੀਬਨ ਸਾਹਿਬਜ਼ਾਦਿਆਂ ਦੇ ਦਿਨ ਸੀ, ਮੈਂ ਇਹਨਾਂ ਨੂੰ ਆਖਿਆ ਮੁੰਡੇ ਨੂੰ, ਮੈਂ ਕਿਹਾ ਵੀ ਮੈਂ ਤਾਂ ਨਹੀਂ ਪਾਉਣੇ, ਆਪਾਂ ਤਾਂ ਐਵੇਂ ਆਈ ਘਰ ਨਹੀਂ ਐਕਸਰਸਾਈਜ਼, ਵੀ ਤੁਸੀਂ ਦੇਖ ਲਓ, ਤੁਸੀਂ ਰਨਿੰਗ ਕਰ ਲਓ, ਪਰਲੇ ਪਾਸੇ ਵੀ ਗਰਾਊਂਡ ਆਪਣਾ ਰੜਾ ਹੈਗਾ, ਉੱਧਰ ਵੀ ਕਰ ਸਕਦੇ ਨਾਲ ਹੈ ਨਾ। ਵੀ ਆਪਾਂ ਤਾਂ ਆਹ ਮਿੱਟੀ ਆ, ਰੇਤਾ ਹੈ ਨਾ, ਠੀਕ ਆ, ਇਹ ਰੇਤਾ ਰੇਤਾ ਸਿੱਟਿਆ ਹੋਇਆ, ਇੱਧਰ ਥੋੜ੍ਹਾ ਘੱਟ ਆ, ਇੱਥੋਂ ਐਂਟਰ ਕਰਦੇ ਨਾ ਉੱਥੇ ਤਾਂ ਪੈਰ ਖੁੱਭਦਾ ਸਾਰਾ ਵਿੱਚ। ਅਤੇ ਬਾਕੀ ਮਹਾਰਾਜ ਨੇ ਸ਼ਕਤੀ ਦਿੱਤੀ ਸੱਚੇ ਪਾਤਸ਼ਾਹ ਨੂੰ, ਅਤੇ ਹੁਣ ਉਵੇਂ ਹੀ ਚੱਲ ਰਿਹਾ ਕੰਮ, ਠੀਕ ਆ ਨਾ। ਆਪਾਂ ਵੱਧਦਾ ਪਹਿਲੇ 5-7 ਮਿੰਟ ਆ, 5-7 ਮਿੰਟ ਬਾਅਦ ਕਦੇ ਹੁਣ ਤਾਂ ਯੂਜ਼ ਟੂ ਹੀ ਹੋ ਗਏ, ਲੱਗਦੇ ਨਹੀਂ ਪਤਾ, ਠੀਕ ਆ ਜੀ। ਚਲੋ ਬਈ ਬਸ ਇਹੀ ਆ, ਬੰਦਾ ਉਹੋ ਜਿਹਾ ਹੀ ਬਣ ਜਾਂਦਾ। ਹੁਣ ਜਸਤਾਨੇ ਪਾ ਲੈਂਦੇ ਹਾਂ, ਹੈਂ, ਪੈਰਾਂ 'ਚ ਪਾ ਕੇ ਜਰਾਬਾਂ ਜਰੂਬਾਂ। ਬਸ ਮਹਾਰਾਜ ਕਹਿੰਦਾ ਕਿਹੋ ਜਿਹੇ ਮਰਜ਼ੀ ਤੁਸੀਂ ਹੋ ਬਣ ਸਕਦੇ ਹੋ, ਕੋਈ ਅੰਤ ਨਹੀਂ ਸਰੀਰ ਦਾ ਵੀ, ਅਤੇ ਕਿੰਨੇ ਕਠੋਰ ਬਣ ਸਕਦੇ ਹਾਂ ਆਪਾਂ, ਚਾਹੇ ਕਿੰਨੇ ਮਰਜ਼ੀ ਕੋਮਲ ਬਣ ਜਾਓ।
ਸਾਈਡ ਤੇ ਸਿੱਧੀ ਰੱਖਣੀ ਹੈ ਲਾਈਨ। ਇਹ ਨਹੀਂ ਬਈ ਮੈਂ ਮੂਹਰੇ ਜਾਵਾਂ ਟਕਾ ਕੇ, ਸਪੀਡ ਚਾਹੇ ਤੁਹਾਡੀ 10-20 ਦੀ ਹੋਵੇ। ਦੋ ਤਾਂ 4 ਮਿੰਟ ਤੱਕ ਜਾਕਟ ਵੀ ਲੈ ਜਾਣੀ ਆ, ਹੈ ਨਾ। ਵੈਸੇ ਤਾਂ ਗਰਮੀ ਤਾਂ ਆਉਣ ਲੱਗ ਗਈ। ਇਹ ਕੋਈ ਬੜਿਆਈ ਵਾਲੀ ਗੱਲ ਨਹੀਂ ਬਾਈ, ਕਰਦੇ ਆ ਤਪੱਸਿਆ, ਠੀਕ ਆ ਨਾ। ਸਿਟੀ ਮਾਸਟਰ ਕੋਚਾਂ ਨੂੰ ਵੀ ਬੇਨਤੀ ਆ, ਠੀਕ ਆ ਨਾ। ਉਹਨਾਂ ਨਾਲ ਤਾਂ ਯਾਰ ਸਿਟੀ ਮਾਸਟਰਾਂ ਕੋਲ ਜਾਣਾ ਤਾਂ ਤੁਸੀਂ ਨੈੱਟ 'ਤੇ ਬਥੇਰਾ ਕੁਛ ਪਿਆ, ਆਪਣੀਆਂ ਵੀਡੀਓ ਦੇਖ ਲਓ, ਹੋਰ ਬੰਦੇ ਬਹੁਤ ਠੀਕ ਆ ਗਾਹਾਂ ਬੈਠੇ ਆ। ਉਦੋਂ ਤਾਂ ਤੁਸੀਂ ਉਹਦਾ ਟਾਈਮ ਖਰਾਬ ਕਰਦੇ ਤੁਸੀਂ ਜਾ ਕੇ। ਉਹ ਕੀ ਦੱਸੂ ਜਿਹੜਾ ਜਿਹੜਾ ਆਪ ਹੀ ਨਹੀਂ, ਜਿਹਨੇ ਆਪ ਕੁਛ ਕੀਤਾ ਹੀ ਨਹੀਂ, ਉਹ ਤੁਹਾਨੂੰ ਕੀ ਦੱਸੂ ਕਿਤਾਬ ਪੜ੍ਹ ਕੇ। ਹੁਣ ਮੈਨੂੰ ਪਤਾ ਵੀ ਮੈਨੂੰ ਕਿੰਨਾ ਦਮ ਚੜ੍ਹਦਾ ਹੈ, ਮੈਂ ਰੋਕ ਲੈਣਾ ਜਵਾਕਾਂ ਨੂੰ ਉਨਾ ਹੀ। ਹੁਣ ਸਿਟੀ ਮਾਸਟਰ ਨੇ ਕਹਿਣਾ ਚੱਲ ਉੱਧਰ ਚੱਲ ਉੱਧਰ, ਠੀਕ ਆ। ਦਸ ਮੀਟਰ ਦਾ ਲੈਣਾ ਸਟਾਰਟ ਖਿੱਚ ਕੇ, ਨਵਾਂ ਮੁੰਡਾ ਆਇਆ ਕੱਲ, ਫਿਰ ਨਵੇਂ ਨੂੰ ਅਸੀਂ ਇੰਨਾ ਨੀ ਖਿੱਚਦੇ, ਠੀਕ ਆ ਨਾ। ਉਹਨੂੰ ਕਹਿ ਸੂ ਪਾ ਲਾ, ਕੋਈ ਚੱਕਰ ਨੀ। ਰੋਜ਼ਮਰਾ ਦੀ ਆ, ਰੋਜ਼ ਸਵੇਰੇ ਤੋਂ ਸਟਾਰਟ ਕਰਦੇ ਹਾਂ। ਕਈ ਵਾਰੀ ਇੱਕ ਅੱਧਾ ਦਿਨ ਜਦੋਂ ਇਹ ਕਹਿੰਦੇ ਫਿਰ ਹੈਂਡਵਾਲ ਵੀ ਲਵਾ ਦੀਦੀ ਆ, ਹੈ ਨਾ। ਹੈਂਡਵਾਲ ਨੂੰ ਬਾਹਲਾ ਪੈਂਦੇ ਆ, ਆਉਣ ਲੱਗ ਗਿਆ ਪਸੀਨਾ। ਠੰਡ ਤਾਂ ਨੇੜੇ ਵੀ ਨਹੀਂ ਆਉਣੀ। ਰੈਡੀ ਗੋ।
ਸਾਈਡ ਤੇ ਰਾਜਸਥਾਨ ਪਿੱਛੇ ਹੀ ਹੋ ਜਾਣਾ।